ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਧੰਨ ਗੁਰੂ ਨਾਨਕ ਧੰਨ ਨਿਰੰਕਾਰ, 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 ਧੰਨ ਗੁਰੂ ਨਾਨਕ ਧੰਨ ਨਿਰੰਕਾਰ। ਸਤਿਗੁਰੂ ਆਖ ਰਹੇ ਨੇ, ਗੁਰੂ ਨਾਨਕ ਆਖ ਰਹੇ ਨੇ ਕਿ ਗੁਰਸਿੱਖਾ ਭਲਿਆ ਜੇ ਤੇਰੇ ਪਾਸ ਸਾਰੇ ਐਸ਼ੋ ਆਰਾਮ ਦੇ ਸਾਧਨ ਨੇ। ਧੀਆਂ ਪੁੱਤਰ ਨੇ ਸੁੱਖ ਭੋਗ ਰਿਹਾ ਹੈ ਨਾ, ਜੇ ਤੂੰ ਧਨ ਦੇ ਵਿੱਚ ਮਾਇਆ ਦੇ ਵਿੱਚ ਖੇਡ ਰਿਹਾ ਹੈ, ਤੇਰੇ ਪਾਸ ਬਹੁਤ ਧਨ ਹੈ ਤੇ ਤੂੰ ਹੰਕਾਰ ਨਾ ਕਰ, ਆਪਣੇ ਮਨ ਨੂੰ ਗਰੀਬ ਬਣਾ ਕੇ ਰੱਖ। ਤੇਰਾ ਮਨ ਗਰੀਬ ਹੋਣਾ ਚਾਹੀਦਾ ਹੈ, ਜੇ ਤੇਰਾ ਮਨ ਗਰੀਬ ਹੈ ਨਾ ਤਾਂ ਤੂੰ ਦੁਖੀ ਲੋਕਾਂ ਦੀ, ਲੋੜਵੰਦਾਂ ਦੀ ਵੀ ਪੁਕਾਰ ਸੁਣੇਗਾ, ਤੂੰ ਉਹਨਾਂ ਦੀ ਸਹਾਇਤਾ ਕਰੇਗਾ। ਤੇ ਜੇ ਤੂੰ ਦੁਖੀਆਂ ਦੀ, ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕੀਤੀ ਤਾਂ ਤੇਰਾ ਆਇਆ ਹੋਇਆ, ਤੇਰਾ ਇਹ ਜੀਵਨ ਸਫਲਾ ਹੋ ਜਾਣਾ ਹੈ। ਤੇ ਸਤਿਗੁਰੂ ਆਖ ਰਹੇ ਨੇ ਕਿ ਗੁਰਸਿੱਖੋ ਜੇ ਧਨ ਦੇ ਵਿੱਚ ਖੇਡ ਰਹੇ ਹੋ, ਗਰੀਬੀ ਦੀ ਦਾਤ ਲੈਣੀ ਹੈ, ਮਨ ਦੇ ਗਰੀਬੀ ਦੀ ਦਾਤ ਲੈਣੀ ਹੈ ਨਾ, ਤਾਂ ਆਓ, ਗੁਰੂ ਨਾਨਕ ਦੇ ਦਰਵਾਜ਼ੇ ਖੁੱਲ੍ਹੇ ਪਏ ਨੇ, ਆ ਕੇ ਲੈ ਲਓ। ਸਤਿਗੁਰੂ ਸਭਨਾਂ ਨੂੰ ਵੰਡ ਰਹੇ ਨੇ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਸਤਿਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਗੁਰੂ ਨਾਨਕ ਜੋਤ ਨਿਰੰਕਾਰ ਦੀਏ, ਉਹਦੀ ਬਾਣੀ ਸਭ ਨੂੰ ਤਾਰ ਦੀਏ, ਉਹਦੀ ਬਾਣੀ ਸਭ ਨੂੰ ਤਾਰ ਦੀਏ, ਉਹਦੀ ਬਾਣੀ ਸਭ ਨੂੰ ਤਾਰ ਦੀਏ। ਉਹਦੀ ਬੰਦਗੀ ਦੇ ਵਿੱਚ ਸ਼ਕਤੀ ਸੀ ਜੋ ਸਾਡਾ ਜਨਮ ਸੁਧਾਰ ਦੀਏ, ਜੋ ਸਾਡਾ ਜਨਮ ਸੁਧਾਰ ਦੀਏ, ਜੋ ਸਾਡਾ ਜਨਮ ਸੁਧਾਰ ਦੀਏ। ਇਹ ਮਹਿਮਾ ਉਹਦੇ ਕਰਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਧੰਨ ਗੁਰੂ ਨਾਨਕ ਧੰਨ ਨਿਰੰਕਾਰ, 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 ਧੰਨ ਗੁਰੂ ਨਾਨਕ ਧੰਨ ਨਿਰੰਕਾਰ।
तेरे दर ते वाहि गुरु आवा मैं मुँह मंगिया मुरादा पावा मैं तेरी बंदगी दे विच दाता जी इस मन अपने नू लावा मैं तू सब दा है हम दर्दी जे लैनी दात गरीबी दी जे लैनी दात गरीबी दी नानक तो मिलदी जे लैनी दात गरीबी दी जे लैनी दात गरीबी दी गुरु नानक तो मिलदी जे लैनी दात गरीबी राखा सारी दुनिया दा ऋषियां तपियां ते मुनियां दा ऋषियां तपियां ते मुनियां दा ऋषियां तपियां ते मुनियां दा जल थल दे विच परताप ओदा भगवान ओही सब दुनिया दा भगवान सब दुनिया ओ तो डरदी जे लैनी दात गरीबी दी जे लैनी दात गरीबी दी गुरु नानक तो मिलदी जे लैनी दात गरीबी दी जे लैनी दात गरीबी दी सतगुर नानक तो मिलदी जे लैनी दात गरीबी दी जे लैनी दात गरीबी दी गुरु नानक तो मिलदी जे लैनी दात गरीबी दी जे लैनी दात गरीबी दी ओदी बाणी सब नू तार दिए ओनू दुनिया सब सत्कार दिए ओनू दुनिया सब सत्कार दिए ओनू दुनिया सब सत्कार दिए ओदा हर अखर अनमोल गुरु बंदे दा जन्म सुधार दिए मिलदी मसा नसीबी जे लैनी दात गरीबी दी जे लैनी दात गरीबी दी गुरु नानक तो मिलदी जे लैनी दात गरीबी दी जे लैनी दात गरीबी दी धन गुरु नानक धन निरंकार धन गुरु नानक धन निरंकार धन गुरु नानक धन गुरु नानक धन निरंकार 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 ऐसी दात ऐसी वस्तु सतगुरु आख रहे ने कि गुरसिखा सतगुरा तो अपने गुरु नानक तो गरीबी दी दात ले ले। पातशाह ने एवें नहीं आख्या कि गरीबी गदा हमारी। पातशाह कहिंदे ने कि जे बंदे दा मन गरीब है ना ता वो संसार दे विच सब दा भला करेगा। धन दौलत दे हुंदिया होया उदे मन विच हंकार नहीं आवेगा। ते साध संगत जदों धन गुरु नानक पातशाह दुनिया नू तारन वास्ते घरों चले सन ना
ਤਾਂ ਚੱਲਦਿਆਂ ਚੱਲਦਿਆਂ ਪਾਤਸ਼ਾਹ ਆਪਣੀ ਪ੍ਰੇਮੀ ਆਪਣੇ ਸੇਵਕ ਭਾਈ ਲਾਲੋ ਦੇ ਘਰ ਪਹੁੰਚੀ। ਲਾਲੋ ਨੇ ਬੜਾ ਸਤਿਕਾਰ ਕੀਤਾ, ਪ੍ਰਸ਼ਾਦਾ ਛਕ ਰਹੇ ਸਨ ਤੇ ਮਰਦਾਨਾ ਕਹਿੰਦਾ, ਸਤਿਗੁਰੂ ਰੋਟੀ ਤਾਂ ਇਹ ਕੋਧਰੇ ਦੀ ਹੈ ਤੇ ਸਵਾਦ ਇੰਨਾ ਅੰਮ੍ਰਿਤ ਵਰਗਾ ਆ ਰਿਹਾ। ਪਾਤਸ਼ਾਹ ਕਹਿੰਦੇ, ਬਈ ਇਹ ਇਹਦੀ ਹੱਕ ਦੀ ਕਮਾਈ ਹੈ, ਇਹਨੇ ਦਸਾਂ ਨੌਹਾਂ ਨਾਲ ਕਿਰਤ ਕਰਕੇ ਕਮਾਈ ਕਰਕੇ ਇਹ ਰੋਟੀ ਤਿਆਰ ਕੀਤੀ ਤੇ ਸਾਧ ਸੰਗਤ ਭਾਈ ਲਾਲੋ ਦੇ ਪਾਸ ਸਤਿਗੁਰੂ ਕਈ ਦਿਨ ਰਹੇ। ਉਹਨਾਂ ਦੀ ਬੜੀ ਮਹਿਮਾ ਆਸੇ ਪਾਸੇ ਫੈਲੀ ਤਾਂ ਸਾਧ ਸੰਗਤ ਜਦੋਂ ਸਤਿਗੁਰੂ ਪਾਤਸ਼ਾਹ ਨੂੰ ਅਹਿਮਦਾਬਾਦ 15 ਦਿਨ ਹੋ ਗਏ ਨਾ, ਤਾਂ ਉੱਥੇ ਇੱਕ ਪਠਾਨ ਦਾ ਵਜ਼ੀਰ ਮਲਕ ਭਾਗੋ ਰਹਿੰਦਾ ਸੀ। ਉਹਨੇ ਪਾਪਾਂ ਤੇ ਬੇਈਮਾਨੀਆਂ ਨਾਲ ਧਨ ਇਕੱਠਾ ਕੀਤਾ ਹੋਇਆ ਸੀ, ਬੜਾ ਧਨਵਾਨ ਸੀ ਪਰ ਹੰਕਾਰੀ ਪੁਰਸ਼ ਸੀ। ਉਹਦੇ ਮਨ ਵਿੱਚ ਗਰੀਬੀ ਨਹੀਂ ਸੀ ਤੇ ਸਾਧ ਸੰਗਤ ਉਹਨੇ ਆਪਣੀ ਵਡਿਆਈ ਅਤੇ ਜਸ ਲੋਕਾਂ ਵਿੱਚ ਫੈਲਾਉਣ ਵਾਸਤੇ ਬ੍ਰਹਮ ਭੋਜ ਕੀਤਾ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਸਭ ਨੂੰ ਨਿਉਂਦਾ ਦਿੱਤਾ। ਜਿੰਨੇ ਫਕੀਰਾਂ ਦੇ ਅਸਥਾਨ ਸਨ ਉੱਥੇ ਵੀ ਆਪਣੇ ਆਦਮੀ ਭੇਜ ਕੇ ਸਭਨਾਂ ਨੂੰ ਭੋਜਨ ਛਕਣ ਵਾਸਤੇ ਆਖ ਦਿੱਤਾ। ਤਾਂ ਸਾਧ ਸੰਗਤ ਜਦੋਂ ਇਸ ਤਰ੍ਹਾਂ ਬ੍ਰਾਹਮਣ ਸ਼ਹਿਰ ਵਿੱਚ ਭੋਜਨ ਵਰਜਦੇ ਫਿਰਦੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੰਗਲ ਨੂੰ ਤੁਰੇ ਜਾ ਰਹੇ ਸਨ। ਬ੍ਰਾਹਮਣ ਨੇ ਆਪ ਨੂੰ ਆਖਿਆ, ਤਪਾ ਜੀ ਤੁਹਾਨੂੰ ਵੀ ਮਲਕ ਭਾਗੋ ਦੇ ਬ੍ਰਹਮ ਭੋਜ ਦਾ ਨਿਉਂਦਾ ਹੈ, ਭੋਜਨ ਅੱਜ ਤੁਸੀਂ ਉੱਥੇ ਕਰਨਾ। ਮਲਕ ਭਾਗੋ ਨੇ ਚੌਂ ਵਰਨਾਂ ਨੂੰ ਬ੍ਰਹਮ ਭੋਜ ਛਕਣ ਵਾਸਤੇ ਸੱਦਾ ਦਿੱਤਾ ਤੇ ਸਤਿਗੁਰੂ ਕਹਿੰਦੇ ਕਿ ਇਹ ਬ੍ਰਾਹਮਣ ਜੀ ਅਸੀਂ ਦਰਵੇਸ਼ ਹਾਂ, ਸਾਡਾ ਚੌਂ ਵਰਨਾਂ ਵਿੱਚੋਂ ਕੋਈ ਵਰਨ ਨਹੀਂ, ਅਸੀਂ ਕਿਸ ਨਾਲ ਬੈਠ ਕੇ ਭੋਜਨ ਖਾਈਏ। ਬ੍ਰਾਹਮਣ ਹੱਸ ਪਏ, ਕਹਿੰਦਾ ਇਹਨਾਂ ਗੱਲਾਂ ਕਰਕੇ ਤਾਂ ਲੋਕ ਤੁਹਾਨੂੰ ਕੁਰਾਈਆ ਕਹਿੰਦੇ ਨੇ, ਜੇ ਤੁਸੀਂ ਬ੍ਰਹਮ ਭੋਜ ਵਿੱਚ ਨਹੀਂ ਆਓਗੇ ਤਾਂ ਮਲਕ ਭਾਗੋ ਬਹੁਤ ਗੁੱਸਾ ਕਰੇਗਾ, ਤੁਹਾਨੂੰ ਸ਼ਹਿਰੋਂ ਕੱਢ ਦੇਵੇਗਾ। ਬ੍ਰਾਹਮਣ ਚਲਿਆ ਗਿਆ। ਸਤਿਗੁਰੂ ਮੌਜ ਵਿੱਚ ਬਾਹਰ ਆਪਣੇ ਟਿਕਾਣੇ ਚਲੇ ਗਏ ਤੇ ਸਾਧ ਸੰਗਤ ਮਲਕ ਭਾਗੋ ਨੇ ਬਹੁਤ ਵੱਡਾ ਭਾਰੀ ਬ੍ਰਹਮ ਭੋਜ ਕੀਤਾ ਹੈ। ਚੌਂ ਵਰਨਾਂ ਦੇ ਲੋਕਾਂ ਨੇ ਛਕ ਕੇ ਉਸ ਦਾ ਜਸ ਕੀਤਾ ਤੇ ਸਤਿਗੁਰੂ ਸਾਰਾ ਦਿਨ ਜੰਗਲ ਵਿੱਚ ਬਤੀਤ ਕਰਕੇ ਸ਼ਾਮ ਦੇ ਸਮੇਂ ਲਾਲੋ ਦੇ ਘਰ ਆ ਬਿਰਾਜੇ ਤੇ ਨਿਉਂਦਾ ਦੇਣ ਵਾਲੇ ਬ੍ਰਾਹਮਣ ਨੇ ਵੇਖਿਆ ਕਿ ਉਹ ਗੁਰੂ ਨਾਨਕ ਤਪਾ ਨਹੀਂ ਆਇਆ ਤਾਂ ਉਹਨੇ ਮਲਕ ਭਾਗੋ ਪਾਸ ਚੁਗਲੀ ਕੀਤੀ। ਕਹਿੰਦਾ, ਮਲਕ ਜੀ ਹੋਰ ਤਾਂ ਸਾਰੇ ਸ਼ਹਿਰ ਦੇ ਉੱਚੇ ਨੀਵੇਂ ਲੋਕ ਭੋਜਨ ਖਾ ਗਏ ਨੇ, ਇੱਕ ਖੱਤਰੀ ਨਾਨਕ ਜੋ ਆਪਣੇ ਆਪ ਨੂੰ ਤਪਾ ਕਹਾਉਂਦਾ ਉਹ ਆਪਣੇ ਆਪ ਨੂੰ ਤੁਹਾਡੇ ਨਾਲੋਂ ਵੱਡਾ ਸਮਝ ਕੇ ਤੁਹਾਡੇ ਘਰ ਭੋਜਨ ਛਕਣ ਨਹੀਂ ਆਇਆ। ਮਲਕ ਨੇ ਪੁੱਛਿਆ ਕਿ ਬ੍ਰਾਹਮਣ ਜੀ ਤੁਸੀਂ ਉਹਨੂੰ ਨਿਉਂਦਾ ਦਿੱਤਾ ਸੀ? ਕਹਿੰਦਾ, ਹਾਂ ਸਾਰਾ ਕੁਝ ਚੰਗੀ ਤਰ੍ਹਾਂ ਦੱਸਿਆ ਸੀ, ਪੱਕਾ ਕੀਤਾ ਸੀ ਪਰ ਉਹਨੇ ਕੋਈ ਪਰਵਾਹ ਹੀ ਨਹੀਂ ਕੀਤੀ। ਮਲਕ ਭਾਗੋ ਨੂੰ ਬੜਾ ਕ੍ਰੋਧ ਆਇਆ, ਕਹਿੰਦਾ ਜਾਓ ਆਪਣੇ ਆਦਮੀਆਂ ਨੂੰ ਭੇਜਿਆ ਉਹਨੂੰ ਮੇਰੇ ਪਾਸ ਸੱਦ ਕੇ ਲਿਆਓ, ਮੈਂ ਉਹਦੀ ਵਡਿਆਈ ਵੇਖ ਹੀ ਲੈਣਾ। ਤੇ ਸਾਧ ਸੰਗਤ ਬ੍ਰਾਹਮਣ ਮਨ ਵਿੱਚ ਬੜਾ ਖੁਸ਼ ਹੋਇਆ ਤੇ ਨਾਲ ਬ੍ਰਾਹਮਣ ਵੀ ਆਇਆ, ਭਾਈ ਲਾਲੋ ਦੇ ਘਰ ਪਹੁੰਚਿਆ। ਕਹਿੰਦਾ, ਤਪਾ ਜੀ ਤੁਹਾਨੂੰ ਮਲਕ ਬੁਲਾਉਂਦਾ। ਸਤਿਗੁਰੂ ਕਹਿੰਦੇ, ਬਈ ਸਾਡਾ ਮਲਕ ਨਾਲ
कोई लैण देण दा वास्ता नहीं, सानू क्यों बुलाउंदा है? ता साध संगत नहीं गए। ब्राह्मण ने फिर जाके आख दिता है कि तुहाडे हुक्म दी भी कोई परवाह नहीं कीती। मलक नूं फिर गुस्सा चढ़े है, कहिंदा जाओ उहनूं जबरदस्ती फड़ के मेरे पास लै आओ। साध संगत, ब्राह्मण अते पांच सत आदमी लालो दे घर पहुंचे। सतगुरां नूं उच्ची बोल नाल आखिया, मलक ने तुहाडे ते बहुत गुस्सा कीता है, चंगा होवेगा जे तुसी साडे नाल भले मानस बन के तुर पो, नहीं तां असी तुहानूं जबरदस्ती लै जावांगे। ते साध संगत पातशाह बड़े हसे, ते उहनां दे नाल मलक भागो दे पास चले गए। भाई लालो भी पहुंच गए। सारे शहर च चर्चा होण लगी। ते साध संगत पातशाह ने आख्या, मलक तू सानू घड़ी घड़ी आदमी भेज के क्यों बुलाया है? तेरे नाल साडा की काम है? ते मलक कहिंदा, तुसी मेरे ब्रह्म भोज विच नहीं आए, तानू ब्राह्मण ने न्योदा दिता सी, मेरे ब्रह्म भोज विच की दोष है, नहीं छकिया। सतगुरु कहिंदे, बई असी फकीर हैं, जिथे गुजर जावे उथे ही गुजार लेंदे हाँ, जो मिले जिथे मिले छक लेंदे हाँ, चंगा चोखा खाण दा सानू लालच नहीं। मलक नूं गुस्सा चढ़े है, कहिंदा तेरे मन च किसे दा डर नहीं, तू उल्ट चल रहे है। मैं सुनया कि तेरी खतरी गोत है, पर तू शूदर दे घर दा खाना खाई जाने। देखो साध संगत, भाई लालो नूं कहिंदा शूदर दा घर है, कहिंदा अपना नाम तू तप्पा रखाई बैठा है, मैनू तां वेखदे ही तैनूं गुस्सा चढ़ जांदा है, जदों मैं तैनूं वेखदा मैनूं बड़ा गुस्सा आउंदा है, तू ब्रह्म भोज नूं बुरा कहिंदा है, ते आप नीच तरखाण दे घर बैठा है। सतगुरां ने मलक दीआं गल्लां सुणीआं, आखिया जाओ जो तुसी भोजन विच तैयार कीता लै आओ, तुहाडे मन विच कोई गल ना रह जावे। ते सतगुरां ने भाई लालो नूं आखिया कि तू भी जे कोई घर भोजन दा टुकर रखिया है ना, तू भी लै आ। लालू अपने घर दौड़ गया, कोदरे दी रोटी दा गुरमुखो एक टुकड़ा लै आया। मलक ने भी अपने घ्यो वाले भोजन, माल पूड़ा ते कड़ा होर जो बहुत का प्रकार दे बनाए सन, मंगवाए, सतगुरां दे अगे रख दिते। कहिंदा छको, तां सतगुरां ने की कीता है? खब्बे हाथ विच माल पूड़े अते सज्जे हाथ विच कोदरे दी रोटी दा टुकड़ा फड़ के साध संगत जदों दोवें हाथ घुटे, उहनां नूं चपीड़िया है, तां इक पासे कोदरे दे टुकड़े विचों दुध ते दूजे पासे ब्रह्म भोज विचों लहू दीआं धारां धरती उत्ते डिग रहीआं सन। लोकां ने वेखीआं, बड़े हैरान हो रहे ने, धन गुरु नानक ज्यों ज्यों घुटी जा रहे ने, त्यों त्यों लहू दीआं धारां बहुतियां निकलदियां जा रहीआं ने। सतगुरु कहिंदे, मलक तू लोकां दा लहू निचोड़ के ये ब्रह्म भोज कीता है, जिस करके इस विचों लहू निकल रहे है। मलक ऐसे भोजन दे खाण नाल पुन कीते हुए नष्ट हो जांदे ने, ते वेख इधर शूदर दा भोजन जिस विचों निरोआ दुध निकल रहे है, ये आप दसा नौहां दी किरत करके आप खांदा है ते लोड़वंदां नूं छकाउंदा है, इस दे छकण नाल मन निर्मल हो जांदा है, जन्मां जन्मांतरां दी मैल धोती जांदी है। मलक जो आदमी किकर बीजदा है ना, उहनूं ओह किकर वड्डी हो के कंडे मारदी है। तू जो
ਇਹ ਵਿਖਾਵੇ ਵਾਸਤੇ ਪਾਪਾਂ ਦੀ ਮਾਇਆ ਨਾਲ ਬ੍ਰਹਮ ਭੋਜ ਕੀਤਾ ਹੈ। ਇਸ ਦੇ ਫਲ ਦਾ ਤੈਨੂੰ ਪਤਾ ਲੱਗੇਗਾ ਜਦੋਂ ਤੈਨੂੰ ਜਮ ਭੈ ਭੀਤ ਕਰਨਗੇ। ਤਾਂ ਸਾਧ ਸੰਗਤ, ਜਦੋਂ ਮਲਕ ਭਾਗੋ ਉਹਨੇ ਸਤਿਗੁਰਾਂ ਦਾ ਇਹ ਕੌਤਕ ਵੇਖਿਆ ਹੈ, ਚਰਨਾਂ 'ਤੇ ਢਹਿ ਪਏ, ਬੜਾ ਸ਼ਰਮਿੰਦਾ ਹੋਇਆ, ਸਤਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲਓ, ਮੈਂ ਅੱਜ ਤੋਂ ਬਾਅਦ ਗਰੀਬਾਂ ਲੋੜਵੰਦਾਂ ਦੀ ਸੇਵਾ ਕਰਿਆ ਕਰਾਂਗਾ, ਦੁਖੀਆਂ ਦੀ ਸੇਵਾ ਕਰਿਆ ਕਰਾਂਗਾ। ਸਤਿਗੁਰੂ ਮੇਰੇ ਪਾਸ ਭਾਵੇਂ ਧਨ ਦੌਲਤ ਬਹੁਤ ਹੈ, ਪਰ ਐਸੀ ਕਿਰਪਾ ਕਰੋ, ਐਸੀ ਰਹਿਮਤ ਕਰੋ ਕਿ ਮੈਨੂੰ ਗਰੀਬੀ ਦੀ ਦਾਤ ਬਖਸ਼ੋ। ਮੇਰਾ ਮਨ ਗਰੀਬ ਹੋ ਜਾਵੇ ਤਾਂ ਕਿ ਮੈਂ ਗਰੀਬਾਂ ਲੋੜਵੰਦਾਂ ਦੀ ਸੇਵਾ ਕਰ ਸਕਾਂ। ਆਓ ਗੁਰਸਿੱਖੋ, ਆਪਾਂ ਵੀ ਸਤਿਗੁਰਾਂ ਤੋਂ ਇਹ ਦਾਤ ਲਈਏ, ਭਾਵੇਂ ਗਰੀਬੀ ਦੀ ਹਾਲਤ ਵਿੱਚ ਹੈ ਮਾਇਆ ਪੱਖੋਂ, ਪਰ ਜਿੰਨਾ ਕੁ ਕਮਾਉਂਦੇ ਹੈ ਨਾ, ਉਹਨੇ ਵਿੱਚੋਂ ਦਸਾਂ ਨੌਹਾਂ ਦੀ ਕਿਰਤ ਕਰਕੇ ਜੋ ਕਮਾਉਂਦੇ ਹੈ, ਉਹਦੇ ਵਿੱਚੋਂ ਹੀ ਜੇ ਕੋਈ ਦਾਨ ਪੁੰਨ ਗਰੀਬਾਂ ਵਾਸਤੇ ਲੋੜਵੰਦਾਂ ਵਾਸਤੇ ਕਰ ਦਈਏ, ਤਾਂ ਆਪਾਂ ਨੂੰ ਵੀ ਇਹ ਗਰੀਬੀ ਦੀ ਦਾਤ ਸਤਿਗੁਰੂ ਬਖਸ਼ ਦੇਣਗੇ, ਇਹ ਗਰੀਬੀ ਸਤਿਗੁਰੂ ਪ੍ਰਵਾਨ ਕਰ ਲੈਣਗੇ। ਗਰੀਬੀ ਦੀ ਦਾਤ ਧੰਨ ਗੁਰੂ ਨਾਨਕ ਪਾਤਸ਼ਾਹ ਵੰਡ ਰਹੇ ਨੇ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ, ਧੰਨ ਗੁਰੂ ਨਾਨਕ ਧੰਨ ਨਿਰੰਕਾਰ, 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 ਧੰਨ ਗੁਰੂ ਨਾਨਕ ਧੰਨ ਨਿਰੰਕਾਰ। ਮੈਂ ਜੀਵਾਂ ਆਸਰੇ ਤੇਰੇ ਜੀ, ਤੇਰੀ ਜਗ ਦੀ ਜੋਤ ਮਨ ਮੇਰੇ ਜੀ, ਤੇਰੀ ਜਗ ਦੀ ਜੋਤ ਮਨ ਮੇਰੇ ਜੀ, ਤੇਰੀ ਜਗ ਦੀ ਜੋਤ ਮਨ ਮੇਰੇ ਜੀ, ਦਰਬਾਰ ਤੇਰਾ ਇੱਕ ਐਸਾ ਹੈ ਹੁਣ ਭਰਮ ਤੇ ਦੂਰ ਹਨੇਰੇ ਜੀ, ਹੁਣ ਭਰਮ ਚੰਦਨ ਹੈ ਧੂੜ ਤੇਰੇ ਦਰ ਦੀ, ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ, ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਜੇ ਲੈਣੀ ਦਾਤ ਗਰੀਬੀ ਦੀ। ਤੇ ਸਾਧ ਸੰਗਤ, ਸਤਿਗੁਰੂ ਐਸੇ ਨੇ, ਐਸੇ ਸਰਵ ਸ਼ਕਤੀਮਾਨ ਨੇ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਦੁਨੀਆਂ ਨੂੰ ਤਾਰਦੇ ਘੁੰਮਦੇ ਹੋਏ ਕਾਬਲ ਪਹੁੰਚੇ, ਤਾਂ ਉੱਥੇ ਇੱਕ ਮਸੀਤ ਸੀ ਜੋ ਬੜੀ ਨੀਵੀਂ ਸੀ, ਲਿਖਿਆ ਕਿ ਖੂਹ ਵਾਂਗੂ ਥੱਲੇ ਸੀ, ਤੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਉਹਨੂੰ ਥੱਲਿਓਂ ਉਠਾ ਕੇ ਮਸੀਤ ਨੂੰ ਪਰਬਤ ਵਾਂਗੂ ਖੜਾ ਕਰ ਦਿੱਤਾ। ਤੇ ਜਦੋਂ ਸਤਿਗੁਰਾਂ ਨੇ ਇਹ ਕੌਤਕ ਦਿਖਾਇਆ, ਸਾਰੇ ਕਾਬਲ ਵਿੱਚ ਪੂਜਾ ਹੋਣ ਲੱਗੀ, ਤੇ ਸਾਧ ਸੰਗਤ ਹੁਣ ਤੱਕ ਉੱਥੋਂ ਦੇ ਲੋਕ ਸਤਿਗੁਰੂ ਨੂੰ ਆਪਣਾ ਗੁਰੂ ਮੰਨਦੇ ਨੇ। ਗੁਰਬਾਣੀ ਦੇ ਵਿੱਚ ਐਵੇਂ ਨਹੀਂ ਆਉਂਦਾ ਕਿ ਉਹ ਪ੍ਰਭੂ ਪਰਮਾਤਮਾ, ਉਹ ਨਿਰੰਕਾਰ ਐਸਾ ਹੈ ਸਮੁੰਦਰ ਨੂੰ ਧਰਤੀ ਬਣਾ ਸਕਦਾ, ਤੇ ਧਰਤੀ ਨੂੰ ਸਮੁੰਦਰ ਬਣਾ ਸਕਦਾ,
ਟੁੱਟੇ ਖੂਹ ਨੂੰ। ਸਾਧ ਸੰਗਤ ਉਹ ਪਹਾੜ ਬਣਾ ਸਕਦਾ ਤੇ ਪਹਾੜ ਨੂੰ ਖੂਹ ਬਣਾ ਸਕਦਾ। ਸਤਿਗੁਰਾਂ ਨੇ ਉਚਾਰਿਆ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਕਿ ਜਦੋਂ ਸਤਿਗੁਰੂ ਤਾਰਦੇ ਹੋਏ ਜਾ ਰਹੇ ਸਨ, ਕਈ ਦਿਨ ਕਾਬਲ ਦੇ ਵਿੱਚ ਰਹੇ ਤੇ ਕਾਬਲ ਤੋਂ ਅੱਗੇ ਤੁਰੇ ਤਾਂ ਸਾਧ ਸੰਗਤ ਇੱਕ ਅੱਗੇ ਛੱਲੀਆਂ ਦਾ ਖੇਤ ਆਇਆ ਤੇ ਮਰਦਾਨਾ ਕਹਿੰਦਾ, ਸਤਿਗੁਰੂ ਮੇਰਾ ਦਿਲ ਬੜਾ ਕਰਦਾ, ਚਿੱਤ ਕਰਦਾ ਕਿ ਛੱਲੀਆਂ ਭੁੰਨ ਕੇ ਖਾਈਏ। ਤਾਂ ਉਹਨਾਂ ਨੇ ਵੇਖਿਆ ਕਿ ਖੇਤ ਦਾ ਰਾਖਾ ਇੱਕ ਨਿੱਕਾ ਜਿਹਾ ਬਾਲਕ, ਉਹਨਾਂ ਨੇ ਉਹਨੂੰ ਆਖਿਆ ਪਾਤਸ਼ਾਹ ਨੇ ਕਿ ਬਾਲਕ ਇਹ ਸਾਡੇ ਸਾਥੀ ਦਾ ਦਿਲ ਕਰਦਾ ਛੱਲੀਆਂ ਭੁੰਨ ਕੇ ਖਾਣ ਨੂੰ ਤੇ ਲੈ ਆ। ਸਾਧ ਸੰਗਤ ਉਹ ਬਾਲਕ ਛੱਲੀਆਂ ਤੋੜ ਲਿਆ ਹੈ, ਅੱਗ ਬਾਲੀ ਤੇ ਮਰਦਾਨੇ ਨੂੰ ਭੁੰਨ ਭੁੰਨ ਕੇ ਛੱਲੀਆਂ ਖਵਾਉਂਦਾ ਰਿਹਾ। ਮਰਦਾਨਾ ਬੜਾ ਖੁਸ਼ ਹੋ ਰਿਹਾ, ਬੜਾ ਪ੍ਰਸੰਨ ਹੋ ਰਿਹਾ, ਛੱਲੀਆਂ ਖਾ ਰਿਹਾ, ਵੇਖ ਵੀ ਨਹੀਂ ਰਿਹਾ ਕਿ ਸਤਿਗੁਰੂ ਕਿੱਥੇ ਬੈਠੇ ਨੇ, ਇੰਨੀ ਖੁਸ਼ੀ ਚੜ੍ਹੀ ਉਹਨੂੰ ਛੱਲੀਆਂ ਖਾਂਦੇ ਨੇ। ਤਾਂ ਸਾਧ ਸੰਗਤ ਇਉਂ ਲੱਗਦਾ ਸੀ ਕਿ ਜਿਵੇਂ ਉਹ ਬਾਲਕ ਉਹਨੇ ਕੋਈ ਪਿਛਲੇ ਜਨਮ ਦੇ ਵਿੱਚ ਕੋਈ ਬੰਦਗੀ ਕੀਤੀ ਹੋਵੇ। ਮਨ ਵਿੱਚ ਨਿਮਰਤਾ ਸੀ, ਉਹਦੇ ਮਨ ਦੇ ਵਿੱਚ ਫੁਰਨਾ ਫੁਰਿਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਵਾਸਤੇ ਕੋਈ ਘਰੋਂ ਜਾ ਕੇ ਪਕਵਾਨ ਲੈ ਕੇ ਆਵਾਂ, ਬਿਸਤਰਾ ਲਿਆਵਾਂ। ਜਦੋਂ ਇਸ ਤਰ੍ਹਾਂ ਖਿਆਲ ਕਰਕੇ ਘਰ ਨੂੰ ਤੁਰਨ ਲੱਗਿਆ ਤਾਂ ਮਰਦਾਨਾ ਕਹਿੰਦਾ, ਸਤਿਗੁਰੂ ਇਸ ਬੱਚੇ ਉੱਪਰ, ਬਾਲਕ ਉੱਤੇ ਕਿਰਪਾ ਕਰੋ ਤੇ ਇਹਨੂੰ ਸੁਲਤਾਨ ਬਾਦਸ਼ਾਹ ਬਣਾ ਦਿਓ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਬਾਲਕ, ਸਾਡਾ ਸਾਥੀ ਕਹਿੰਦਾ ਕਿ ਤੈਨੂੰ ਬਾਦਸ਼ਾਹ ਬਣਾ ਦੇਈਏ, ਤੇ ਸਾਥੀ ਦੀ ਗੱਲ ਅਸੀਂ ਮੋੜ ਨਹੀਂ ਸਕਦੇ। ਪਾਤਸ਼ਾਹ ਕਹਿੰਦੇ ਕਿ ਬੱਚੇ ਸਾਨੂੰ ਕਿਸੇ ਬਿਸਤਰੇ ਕਿਸੇ ਪਕਵਾਨ ਦੀ ਲੋੜ ਨਹੀਂ ਹੈ, ਤੂੰ ਪ੍ਰੇਮੀ ਹੈ, ਭਗਤੀ ਦੇ ਵਿੱਚ ਰਤਿਆ ਹੋਇਆ ਤੇ ਜਾ, ਅੱਜ ਤੋਂ ਬਾਅਦ ਤੂੰ ਬਾਦਸ਼ਾਹੀ ਤਖਤ ਤੇ ਬੈਠੇਗਾ, ਆ ਸਾਡੇ ਪਾਸ ਬੈਠ ਜਾ। ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਕਹਿੰਦੇ ਪੁੱਤਰ ਸਵੇਰੇ ਜੋ ਅੱਗੇ ਸ਼ਹਿਰ ਹੈ ਨਾ, ਉਸ ਦੇ ਦਰਵਾਜ਼ੇ ਦੇ ਵਿੱਚ ਬਾਹਰ ਖਲੋ ਜਾਣਾ, ਤੈਨੂੰ ਕਾਬਲ ਦੀ ਬਾਦਸ਼ਾਹੀ ਮਿਲ ਜਾਣੀ ਹੈ। ਤੇ ਸਾਧ ਸੰਗਤ ਅਚਾਨਕ ਕਾਬਲ ਦਾ ਬਾਦਸ਼ਾਹ ਮਰ ਗਿਆ ਤੇ ਵਜ਼ੀਰਾਂ ਵਿੱਚ ਲੜਾਈ ਪੈ ਗਈ, ਕੋਈ ਆਖੇ ਮੈਂ ਬਾਦਸ਼ਾਹ ਬਣਨਾ, ਕੋਈ ਆਖੇ ਮੈਂ ਬਣਨਾ, ਤੇ ਆਖਰ ਸਲਾਹ ਕੀਤੀ ਕਿ ਜਿਹੜਾ ਅੰਮ੍ਰਿਤ ਵੇਲੇ ਸ਼ਾਹੀ ਦਰਵਾਜ਼ੇ ਵਿੱਚ ਦਰਵਾਜ਼ਾ ਖੋਲਣ ਸਮੇਂ ਜਿਹੜਾ ਪਹਿਲਾ ਆਦਮੀ ਮਿਲੇਗਾ ਨਾ, ਉਹਨੂੰ ਬਾਦਸ਼ਾਹ ਬਣਾ ਦਿਆਂਗੇ। ਸਤਿਗੁਰਾਂ ਦਾ ਵਚਨ ਮੰਨੇ ਤੇ ਉਹ ਬਾਲਕ ਸਾਧ ਸੰਗਤ ਸਵੇਰੇ ਦਰਵਾਜ਼ੇ ਦੇ ਬਾਹਰ ਖਲੋ ਗਿਆ। ਦਰਵਾਜ਼ਾ ਖੁੱਲਣ ਸਾਰ ਪਹਿਲਾਂ ਉਹ ਅੰਦਰ ਗਿਆ, ਜਦੋਂ ਅੰਦਰ ਗਿਆ ਤੇ ਵਜ਼ੀਰਾਂ ਨੇ ਉਹਨੂੰ ਸਤਿਕਾਰ ਨਾਲ ਲਿਆਂਦਾ ਤੇ ਸਾਧ ਸੰਗਤ ਉਹਨੂੰ ਬਾਦਸ਼ਾਹ ਬਣਾ ਦਿੱਤਾ। ਐਸਾ ਬਾਦਸ਼ਾਹ ਬਣਿਆ ਸੀ ਜਿਹਦਾ ਮਨ, ਜਿਹਨੂੰ ਸਤਿਗੁਰਾਂ ਨੇ ਗਰੀਬੀ, ਮਨ ਦੀ ਗਰੀਬੀ ਬਖਸ਼ ਦਿੱਤੀ ਸੀ, ਉਹਨੇ ਵੀ ਲੋੜਵੰਦਾਂ ਦੀ, ਗਰੀਬਾਂ ਦੀ ਬੜੀ ਸੇਵਾ ਕੀਤੀ। ਆਓ ਆਪਾਂ ਵੀ ਸਤਿਗੁਰਾਂ ਤੋਂ ਇਹ ਮਨ ਦੀ ਗਰੀਬੀ ਲਈਏ। ਗੁਰੂ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ, ਨਾਨਕ ਧਨ ਨਿਰੰਕਾਰ, ਧਨ ਗੁਰੂ ਨਾਨਕ ਧਨ ਨਿਰੰਕਾਰ, ਧਨ ਗੁਰੂ ਨਾਨਕ ਧਨ ਨਿਰੰਕਾਰ, ਧਨ ਗੁਰੂ ਨਾਨਕ ਧਨ ਨਿਰੰਕਾਰ।